a South Asian Canadian channel. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਿੱਚ ਅਹਿਮ ਫੈਸਲੇ ਲਏ ਗਏ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮਿਲਿਆ। ਕੋਵਿਡ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਮਹਿੰਗਾਈ ਭੱਤਾ ਨਹੀਂ ਮਿਲਿਆ ਸੀ, ਜੋ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਮਹਿੰਗਾਈ ਭੱਤਾ ਦਿੱਤਾ ਹੈ। 10,000 ਤੋਂ 20,000 ਦੀ ਤਨਖਾਹ ਵਾਲੇ ਨੂੰ 1,000 ਰੁਪਏ, 20,000 ਤੋਂ 40,000 ਵਾਲੇ ਨੂੰ 500 ਰੁਪਏ ਤੇ ਇਸ ਤੋਂ ਇਲਾਵਾ 3% ਹੋਰ ਮਹਿੰਗਾਈ ਭੱਤਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸਾਂਝੇ ਰੂਪ ਵਿੱਚ ਦਿੱਤਾ ਗਿਆ। ਬੀਬੀ ਜਗੀਰ ਕੌਰ ਨੇ ਢੱਡਰੀਆਂ ਵਾਲੇ ਵੱਲੋਂ ਦਿੱਤੇ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ ਤੇ ਵੀ ਨਾਰਾਜ਼ਗੀ ਜਤਾਈ ਹੈ। ਉਹਨਾਂ ਨੇ ਢੱਡਰੀਆਂ ਵਾਲੇ ਤੇ ਨਿਸ਼ਾਨਾ ਬਿੰਦੇ ਹੋਏ ਉਸ ਨੂੰ ਤਾੜਨਾ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਦਿੱਤੇ ਬਿਆਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰਿਮੰਦਰ ਸਾਹਿਬ ਜਾਣ ਬਾਰੇ ਢੱਡਰੀਆਂ ਵਾਲੇ ਨੇ ਜੋ ਦਰਬਾਰ ਸਾਹਿਬ ਬਾਰੇ ਸ਼ਬਦ ਬੋਲੇ ਨੇ ਉਹ ਬਹੁਤ ਨਿੰਦਣਯੋਗ ਹਨ। ਬੀਬੀ ਜਗੀਰ ਕੌਰ ਨੇ ਢੱਡਰੀਆਂ ਵਾਲੇ ਨੂੰ ਅਜਿਹੇ ਸ਼ਬਦ ਬੋਲਣ ਤੋਂ ਗੁਰੇਜ਼ ਕਰਨ ਦੀ ਗੱਲ ਕਹੀ ਕਿ ਕਿਤੇ ਇਹ ਨਾ ਹੋਵੇ ਕਿ ਸਿੱਖ ਸੰਗਤ ਦੇ ਵਿੱਚ ਰੋਹ ਪੈਦਾ ਹੋ ਜਾਵੇ। ਸਿੰਘੂ ਬਾਰਡਰ 'ਤੇ ਵੀ ਜਿਹੜੀ ਹਾਲਾਤ ਪੈਦਾ ਹੋਏ ਹੈ ਉਹਦੀ ਵੀ ਚਿੰਤਾ ਕੀਤੀ ਗਈ ਅਤੇ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕੀਤੀ ਗਈ ਹੈ ਕਿ ਸਰਕਾਰ ਇਹ ਸਾਰੇ ਮਸਲੇ ਨੂੰ ਛੇਤੀ ਹੱਲ ਕਰੇ, ਕਿਉਂਕਿ ਜੇ ਪਹਿਲਾਂ ਹੋਈਆਂ ਬੇਅਦਬੀਆਂ ਨੂੰ ਸਰਕਾਰ ਪੂਰੇ ਢੰਗ ਦੇ ਨਾਲ ਸਹੀ ਢੰਗ ਦੇ ਨਾਲ ਨਜਿੱਠ ਲਵੇ ਤਾਂ ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਇਹ ਰੋਹ ਕਿਉਂ ਆ ਰਹੇ ਹੈ, ਇਹ ਕਿਉਂ ਸਾਰਾ ਕੁਝ ਹੋ ਰਿਹਾ, ਅਸਲੀ ਤਸਵੀਰ ਉੱਥੇ ਅਜੇ ਤੱਕ ਸਾਨੂੰ ਬਹੁਤਾ ਗਿਆਨ ਨਹੀਂ ਲੱਗਾ ਪਤਾ ਲੱਗਾ, ਲੇਕਿਨ ਜੋ ਸੁਣਦੇ ਆ ਰਹੇ ਹੈ ਇਹ ਬਹੁਤ ਨਿੰਦਣਯੋਗ ਹੈ, ਨਹੀਂ ਹੋਣਾ ਚਾਹੀਦਾ। ਦੇਸ਼ ਵਿੱਚ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ, ਆਪਸੀ ਭਾਈਚਾਰਕ ਸਾਂਝ ਨੂੰ ਕੋਈ ਖੋਰਾ ਨਹੀਂ ਲੱਗਣਾ ਚਾਹੀਦਾ। ਕੇਂਦਰ ਸਰਕਾਰ ਨੂੰ ਇਸ ਗੱਲ ਦੇ ਉੱਤੇ ਤੁਰੰਤ ਫੈਸਲਾ ਲੈਣਾ ਚਾਹੀਦਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਪੂਰੀਆਂ ਕਰੇ ਤਾਂ ਜੋ ਜਿੰਨਾ ਇਹ ਲੰਬਾ ਲਮਕਾ ਹੋਏਗਾ ਉੱਥੇ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ, ਕੋਈ ਬੇਅਦਬੀਆਂ ਦੀ ਗੱਲ ਆ ਰਹੀ ਹੈ, ਕੋਈ ਉੱਥੇ ਕਤਲ ਦੀ ਗੱਲ ਆ ਰਹੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਹੀ ਪੈਦਾ ਹੋ ਰਹੀਆਂ ਕਿ ਸਰਕਾਰ ਇਸ ਗੱਲ ਬਹੁਤਾ ਧਿਆਨ ਨਹੀਂ ਦੇ, ਕਿਉਂਕਿ ਜੇ ਸਰਕਾਰ ਇਨਸਾਫ ਨਾ ਦੇਵੇ ਫਿਰ ਇਹ ਸਾਰਾ ਕੁਝ ਰੋਹ ਵਿੱਚ ਆ ਕੇ ਹੁੰਦਾ। ਮੈਂ ਸਮਝਦੀ ਕਿ ਸਰਕਾਰ ਨੂੰ ਇਨਸਾਫ ਕਰਨਾ ਚਾਹੀਦਾ ਕਿ ਕਦੀ ਵੀ ਬੇਅਦਬੀ ਹੋਈ ਹੈ, ਅਸੀਂ ਉੱਥੇ ਹਰ ਗੱਲ ਦੇ ਉੱਤੇ ਕਹਿੰਦੇ ਹਾਂ ਕਿ ਇਹ ਸਰਕਾਰ ਕੋਲੋਂ ਇਹੀ ਸੁਣਦੇ ਹਾਂ ਸਰਕਾਰ ਦੇ ਮੁਲਾਜ਼ਮਾਂ ਕੋਲੋਂ ਪੁਲਿਸ ਕੋਲੋਂ ਕਿ ਪਾਗਲ ਸੀ। ਸੋ ਇਹ ਗੱਲਾਂ ਜੇ ਸੱਚਾਈ ਕੱਢੀ ਜਾਵੇ, ਅਸੀਂ ਬਹੁਤ ਵਾਰੀ ਕਿਹਾ ਨਾਰਕੋ ਟੈਸਟ ਕਰਵਾਏ ਜਾਣ, ਬਹੁਤ ਵਾਰੀ ਕਿਹਾ ਬ੍ਰੇਨ ਮੈਪਿੰਗ ਕਰਵਾਈ ਜਾਵੇ, ਪਰ ਨਾ ਬ੍ਰੇਨ ਮੈਪਿੰਗ ਹੋਈ ਹੈ ਨਾ ਕੋਈ ਨਾਰਕੋ ਟੈਸਟ ਹੋਇਆ। ਸੋ ਇਸ ਕਰਕੇ ਇਸ ਗੱਲ ਦੀ ਪੀੜਾ ਵੀ ਹੈ, ਦੁੱਖ ਵੀ ਹੈ, ਸਾਨੂੰ ਸਾਰੀ ਤਕਲੀਫ ਵੀ ਹੈ ਕਿ ਇਹ ਕਿਉਂ ਸਰਕਾਰ ਜਿਹੜੀ ਹੈ ਇਹ ਅਣਗੌਲੀਆਂ ਜਿਹਾ ਕਰ ਰਹੀ। ਤੀਜੀ ਜਿਹੜੀ ਇੱਥੇ ਅੱਜ ਸਰਾਂ ਦਾ ਜੋੜਾ ਘਰ ਗਠੜੀ ਘਰ ਦਾ ਉਦਘਾਟਨ ਕੀਤਾ ਗਿਆ, ਅਸੀਂ ਧੰਨਵਾਦ ਕਰਦੇ ਹਾਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ, ਜਿਨ੍ਹਾਂ ਨੇ ਸੰਗਤ ਦੇ ਸਾਰੇ ਸਹਿਯੋਗ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਡੀ ਸੇਵਾ ਜਿਹੜੀ ਸੀ ਉਹ ਬੜੇ ਸੋਹਣੇ ਢੰਗ ਨਾਲ ਨਿਭਾਈ ਹੈ। ਔਰ ਅੱਛੀ ਉਹ ਦਿੱਖ ਵਾਲਾ ਜਿਹੜਾ ਜੋੜਾ ਘਰ ਸੀ ਜਾਂ ਗਠੜੀ ਘਰ ਸੀ ਉਹ ਸੰਗਤਾਂ ਦੇ ਅੱਜ ਅਸੀਂ ਸਪੁਰਦ ਕੀਤਾ ਗਿਆ। ਸਰਾਵਾਂ ਦਾ ਅਸੀਂ ਹੋਰ ਵਿਸਤਾਰ ਕਰਨ ਜਾ ਰਹੇ ਹਾਂ, ਕਿਉਂਕਿ ਸਰਾਵਾਂ ਜਿਹੜੀਆਂ ਉਹ ਬੜੀਆਂ ਸਾਡੇ ਵਾਸਤੇ ਪਰੇਸ਼ਾਨੀ ਬਣੀ ਹੋਈ ਹੈ। ਅੱਜ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਵੱਡੀ ਸੜਕ ਆਉਂਦੀ ਹੈ ਰਿੰਗ ਰੋਡ ਜਾਂ ਹਾਈਵੇ ਅੰਦਰ ਦੀ ਵਿੱਚੋਂ ਲੰਘਦਾ GT ਰੋਡ, ਉਹਦੇ ਕੋਲ ਸਾਡਾ ਇੱਕ ਜਿਹੜੀ ਹੰਸਲੀ ਵਾਲੀ ਜਗ੍ਹਾ ਜਿਹੜੀ ਚਾਰ ਦੀਵਾਰੀ ਕੀਤੀ ਹੋਈ ਹੈ ਉਹਨੂੰ ਵਧੀਆ ਢੰਗ ਦੇ ਨਾਲ ਥੱਲੇ ਲੈਂਟਰ ਪਾ ਕੇ ਉੱਤੇ ਪਾਰਕਿੰਗ ਬਣਾ ਕੇ ਫਿਰ ਉਹਦੇ ਉੱਤੇ 5-ਮੰਜ਼ਿਲੀ ਬਿਲਡਿੰਗ ਜਿਹੜੀ ਹੈ ਉਸਾਰ ਕੇ ਉਹ ਜਲ੍ਹਿਆਂਵਾਲੇ ਬਾਗ ਦੇ ਕੋਲ ਆ ਕੇ ਲੱਗ ਜਾਂਦੀ ਹੈ। ਜਿੰਨਾ ਕੁ 7 ਮਿੰਟ ਦਾ ਸਮਾਂ ਲੱਗਦਾ ਸਾਰਾਗੜੀ ਨੂੰ ਜਾਣ ਲਈ ਉਨਾ ਹੀ 7 ਮਿੰਟ ਦਾ ਸਮਾਂ ਜਿਹੜਾ ਉੱਥੇ ਤੱਕ ਲੱਗਦਾ। ਅਸੀਂ ਉਹਦਾ ਐਸਟੀਮੇਟ ਲਾਇਆ ਕਿ ਘੱਟੋ ਘੱਟ ਉੱਥੇ 1,000-1,500 ਕਮਰਾ ਜਿਹੜਾ ਉਸਰ ਸਕਦਾ। ਅਸੀਂ ਮਾਨਯੋਗ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਬੁਲਾਇਆ ਸੀ, ਉਹਨਾਂ ਨਾਲ ਸਲਾਹ ਕੀਤੀ ਹੈ, ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਅਤੇ 1 ਨਵੰਬਰ ਨੂੰ ਉਸਦਾ ਕੰਮ ਜਿਹੜਾ ਅਸੀਂ ਸ਼ੁਰੂ ਕਰਵਾ ਦੇਣਾ। ਕਿਉਂਕਿ ਸਰਾਵਾਂ ਦੀ ਸਭ ਤੋਂ ਵੱਡੀ ਤਕਲੀਫ ਜਿਹੜੀ ਹੈ ਮੈਂਬਰ ਸਾਹਿਬਾਨ, ਐਗਜੈਕਟਿਵ, ਸਾਰੇ ਮੈਂਬਰ ਸਾਹਿਬਾਨ, ਸਾਰੇ ਮੁਲਾਜ਼ਮ ਜਿਹੜੇ ਮਹਿਸੂਸ ਕਰ ਰਹੇ ਹੈ ਕਿ ਸਭ ਤੋਂ ਵੱਡਾ ਸਾਡਾ ਨੁਕਸਾਨ ਜਿਹੜਾ ਹੋ ਰਿਹਾ ਕਿ ਰਾਤ ਦੇ ਸਮੇਂ 'ਤੇ ਅਸੀਂ ਸੰਗਤਾਂ ਨੂੰ ਠਹਿਰਾਉਣ ਵਿੱਚ ਬਹੁਤ ਅਸਮਰੱਥ ਦਿਖਾਉਂਦੇ ਹਾਂ। ਤੁਸੀਂ ਵੀ ਰੋਜ਼ ਦੇਖਦੇ ਹੋ ਕਿ ਇੱਥੇ ਬੜੀ ਪਰੇਸ਼ਾਨੀ ਹੈ। ਸੋ ਸਰਾਵਾਂ ਦੇ ਇਸ ਤਰ੍ਹਾਂ ਵਿਸਤਾਰ ਕੀਤੇ ਜਾਣਗੇ, ਪਹਿਲਾਂ ਇਹ ਸਰਾਂ ਨੂੰ ਤਿਆਰ ਕੀਤਾ ਜਾਏਗਾ ਔਰ ਸਾਲ ਦੇ ਵਿੱਚ 1 ਸਾਲ 'ਚ ਜਾਂ 8-9 ਮਹੀਨੇ 'ਚ 100 ਕਮਰਾ ਸਾਨੂੰ ਸਪੁਰਦ ਕਰ ਦੇਣਗੇ, ਫਿਰ 100-100 ਕਮਰਾ ਕਰਕੇ ਉਹ ਪੂਰਾ ਕਰਨਗੇ, ਘੱਟੋ ਘੱਟ ਉਹਦਾ 1,000 ਤੋਂ ਉੱਪਰ ਕਮਰਾ ਜਿਹੜਾ ਉੱਥੇ ਬਣੇਗਾ। ਸੋ ਮੇਰਾ ਖਿਆਲ ਹੈ ਕਿ ਸਾਡੀ ਸਭ ਤੋਂ ਵੱਡੀ ਸਹੂਲਤ ਜਿਹੜੀ ਹੈ ਉਹਦੀ ਹੋਏਗੀ। ਇੱਕ ਸਾਡਾ ਗੁਰੂ ਕੇ ਬਾਗ ਸਕੂਲ ਹੈ, ਬੜੀ ਪੁਰਾਣੀ ਬਿਲਡਿੰਗ ਹੈ ਪਰ
ਜਿਸ ਤਰ੍ਹਾਂ ਕਹਿੰਦੇ ਇੱਕ ਹਿਸਟੋਰੀਕਲ ਬਿਲਡਿੰਗ ਹੈ ਉਹਦੀ ਗੁਰੂ ਰਾਮਦਾਸ ਸਕੂਲ ਜਿਹੜਾ ਉਹਦੀਆਂ ਛੱਤਾਂ ਬੜੀਆਂ ਖਸਤਾ ਹੋ ਗਈਆਂ। ਸਿਰਫ ਇਹ ਹੀ ਹੈ ਕਿ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਉਹਦੀ ਵੀ ਸਾਨੂੰ ਛੱਤਾਂ ਛੇਤੀ ਪਵਾ ਦਿਓ ਨਾਲ ਲੱਗ ਕੇ, ਕਿਉਂਕਿ ਉਹਦੀਆਂ ਬਿਲਡਿੰਗ ਦੀਆਂ ਸ਼ਾਇਦ ਦੀਵਾਰਾਂ ਠੀਕ ਨੇ। ਅਸੀਂ ਚਾਹੁੰਦੇ ਕਿ ਛੱਤਾਂ ਕੋਈ ਬੱਚੇ ਦਾ ਨੁਕਸਾਨ ਨਾ ਹੋ ਜਾਵੇ, ਜੇ ਛੱਤਾਂ ਡਿੱਗ ਪੈਣ ਕੋਈ ਨੁਕਸਾਨ ਹੋ ਜਾਵੇ ਤਾਂ ਸਾਡੇ ਵਾਸਤੇ ਇੱਕ ਬਹੁਤ ਬੇਚੈਨੀ ਵਾਲੀ ਗੱਲ ਬਣੀ ਹੈ। ਸੋ ਉਹਦਾ ਵੀ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ। ਬਹੁਤ ਸਾਰੀਆਂ ਹੋਰ ਪ੍ਰਵਾਨਗੀਆਂ ਦਿੱਤੀਆਂ ਬਾਕੀ ਗੁਰਦੁਆਰਿਆਂ ਦੀਆਂ, ਕੁਝ ਕੰਮਾਂ ਦੀਆਂ, ਕੁਝ ਰਿਪੇਅਰ ਦੀਆਂ, ਕੋਈ ਬਿਲਡਿੰਗਾਂ ਦੀਆਂ ਰਿਪੇਅਰ, ਕੋਈ ਨਵੀਆਂ ਬਿਲਡਿੰਗਾਂ ਬਣਾਉਣ ਦੀਆਂ, ਕੋਈ ਫਲੱਸ਼ਾਂ ਦੀਆਂ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਵਾਨਗੀਆਂ ਹੋਰ ਵੀ ਦਿੱਤੀਆਂ ਗਈਆਂ। ਮੁਲਾਜ਼ਮਾਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਹੈ ਕਿ ਅੱਜ ਅਸੀਂ ਇੱਕ ਵੀਡੀਓ ਸੁਣੀ ਹੈ, ਮੈਂ ਇੱਥੇ ਵੀ ਸੁਣਾਈ ਸਾਰਿਆਂ ਨੇ, ਬੜਾ ਦੁੱਖ ਹੈ। ਮੈਂ ਬੜਾ ਸਤਿਕਾਰ ਕਰਦੀ ਸਾਂ ਕਿ ਜਿਹੜੇ ਸਰਦਾਰ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਹੈ ਉਹ ਪ੍ਰਚਾਰ ਕਰਦੇ ਆ ਰਹੇ ਹੈ, ਸਾਨੂੰ ਕੋਈ ਤਕਲੀਫ ਨਹੀਂ ਪ੍ਰਚਾਰ ਕਰਨ ਗੁਰਮਤ ਦਾ, ਗੁਰਬਾਣੀ ਦਾ, ਇਤਿਹਾਸ ਦਾ। ਪਰ ਅੱਜ ਸਭ ਤੋਂ ਵੱਡਾ ਮੇਰਾ ਜੀ ਨਹੀਂ ਸੀ ਕਰਦਾ ਮੈਂ ਕਿਸੇ ਦੇ ਖਿਲਾਫ਼ ਕੋਈ ਗੱਲ ਕਰਾਂ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਸਥਾਨ ਜਿੱਥੇ ਸੰਗਤਾਂ ਦੀ ਬੇਸ਼ੁਮਾਰ ਸੰਗਤਾਂ ਦੀ ਇੱਥੇ ਆਸਥਾ ਜਿਹੜੀ ਹੈ ਉਹ ਬਹੁਤ ਡੂੰਘੇ ਤੌਰ 'ਤੇ ਜੁੜੀ ਹੋਈ ਹੈ। ਆਤਮਿਕ ਤੌਰ 'ਤੇ ਹਰ ਸਿੱਖ ਜਿਹੜਾ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਉਹ ਜੁੜਿਆ ਹੋਇਆ। ਅੱਜ ਮੈਂ ਜਿਹੜੀ ਇੱਕ ਵੀਡੀਓ ਸੀ ਸੁਣੀ ਹੈ ਸਾਰਿਆਂ ਨੇ, ਉਹਦੇ ਵਿੱਚ ਉਹਨਾਂ ਨੇ ਬੜੇ ਐਸੇ ਸ਼ਬਦ ਕਹੇ ਹੈ ਜਿਹੜੇ ਕਿ ਬੜੇ ਦੁਖਦਾਈ ਹੈ। ਧੰਨ ਗੁਰੂ ਰਾਮਦਾਸ ਜੀ ਦਾ ਘਰ ਜਿਹੜਾ ਉਹਦੇ ਵਾਸਤੇ ਤਾਂ ਮੇਰੇ ਪਾਤਸ਼ਾਹ ਦਾ ਹੀ ਫਰਮਾਨ ਹੈ, ਡਿੱਠੇ ਸੱਭੇ ਥਾਂ ਨਹੀਂ ਤੁੱਧ ਜਿਹਾ। ਇਹ ਘਰ ਉਹ ਹੈ ਜਿਹੜਾ ਨਿਆਸਰਿਆਂ ਦਾ ਆਸਰਾ, ਇੱਥੇ ਤਾਂ ਸ਼ਰਨ ਪਏ ਜਿਹੜਾ ਵੀ ਆਉਂਦਾ ਉਹਨੂੰ ਗੱਲ ਨਾਲ ਲਾ ਕੇ ਉਹਦੀ ਹਰ ਤਕਲੀਫ ਦੂਰ ਕੀਤੀ ਜਾਂਦੀ ਹੈ। ਔਰ ਜਿਹੜੇ ਸ਼ਬਦ ਬੋਲ ਰਹੇ ਹੈ ਕਿ ਕੋਈ ਦਰਬਾਰ ਸਾਹਿਬ ਨਾ ਜਾਇਓ ਜਿਹਦੇ ਸਿਰ 'ਤੇ ਕੇਸ ਨਹੀਂ ਹੈ, ਜਿਹਦੇ ਸਿਰ 'ਤੇ ਰੁਮਾਲ ਵੱਜਾ ਉਹ ਧਿਆਨ ਨਾ ਜਾਇਓ, ਇਕੱਲਾ ਨਾ ਜਾਇਓ ਕਿ ਉਹ ਪਰਿਕਰਮਾ ਕਰਕੇ ਬਾਹਰ ਆਏਗਾ ਅਤੇ ਕਿਤੇ ਉਹਦਾ ਕਤਲ ਨਾ ਕਰ ਦਿੱਤਾ ਜਾਵੇ, ਕਿਤੇ ਉਹਨੂੰ ਟੁੱਕ ਨਾ ਦਿੱਤਾ ਜਾਵੇ। ਇਹ ਕਿੰਨੇ ਮਾੜੇ ਸ਼ਬਦ ਹੈ ਜਿਹੜੇ ਉਹਨਾਂ ਨੇ ਅੱਜ ਬੋਲੇ ਆ, ਇਹਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਕਿ ਇੰਨੀ ਸੰਗਤਾਂ ਦੀ ਆਸਥਾ ਜੁੜੀ ਹੋਵੇ ਅਤੇ ਉਹਨਾਂ ਸੰਗਤਾਂ ਦੀ ਸ਼ਰਧਾ ਦੇ ਵਿੱਚ ਅੱਜ ਐਡਾ ਉਹਨਾਂ ਨੇ ਜਿਹੜਾ ਮਾੜੇ ਸ਼ਬਦ ਬੋਲੇ ਹੈ ਬਹੁਤ ਨਿੰਦਣਯੋਗ ਹੈ, ਇਹਦੀ ਸਭ ਨੇ ਨਿੰਦਾ ਕੀਤੀ ਹੈ। ਔਰ ਮੈਂ ਉਹਨਾਂ ਨੂੰ, ਚਲੋ ਮੈਂ ਤਾਂ ਬੇਨਤੀ ਕਰ ਸਕਦੀ ਹਾਂ ਅਸੀਂ ਮੁੱਖ ਸੇਵਾਦਾਰ ਇਸ ਸਥਾਨ ਦੇ ਕਿ ਉਹਨਾਂ ਨੂੰ ਇਹੋ ਜਿਹੇ ਸ਼ਬਦ ਕਮ ਸੋ ਕਮ ਸਿਰਫ ਦਰਬਾਰ ਸਾਹਿਬ ਦੇ ਵਾਸਤੇ ਜਾਂ ਗੁਰੂ ਘਰਾਂ ਵਾਸਤੇ ਨਹੀਂ ਬੋਲਣੇ ਚਾਹੀਦੇ। ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਕਰ ਸਕਦੇ ਹੈ, ਕਿਸੇ ਵਿਅਕਤੀ ਨਾਲ ਉਹ ਗੁੱਸੇ 'ਚ ਆ ਕੇ ਬੋਲ ਸਕਦੇ ਹੈ, ਉਹ ਵੱਖਰੀ ਗੱਲ ਹੈ। ਪਰ ਸਿਰਫ ਦਰਬਾਰ ਸਾਹਿਬ ਦੇ ਸੰਬੰਧ ਵਿੱਚ ਇਹ ਕਹਿਣਾ ਜਿੱਥੇ ਕਿ ਲੋਕ ਆ ਕੇ ਆਸਰਾ ਲੈਂਦੇ ਹੈ, ਅੱਜ ਤੱਕ ਕੋਈ ਵਿਅਕਤੀ ਦੱਸ ਦੇਵੇ ਇਹਦੇ ਚੌਂ ਵਰਨਾ ਕੋ ਸਾਂਝਾ ਉਪਦੇਸ਼, ਜਿਹੜੇ ਚੌਂ ਵਰਨਾ ਕੋ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇੱਥੇ ਤਾਂ ਉਹ ਹੈ ਵੀ ਭਾਵੇਂ ਕੋਈ ਵਰਨ ਦਾ ਆ ਜਾਵੇ, ਕਿਸੇ ਧਰਮ ਦਾ ਆ ਜਾਵੇ, ਹਰ ਇੱਕ ਨੂੰ ਗੱਲ ਨਾਲ ਲਾਇਆ ਜਾਂਦਾ। ਇੱਕ ਇੱਥੇ ਪੱਤਰਕਾਰ ਮੇਰੇ ਕੋਲ ਆਈ, ਮੈਂ ਹੈਰਾਨ ਹੋ ਗਈ ਇੰਡੀਆ ਟੀਵੀ ਦੀ, ਉਹ ਕਹਿੰਦੀ ਜੀ ਮੈਂ ਇੱਥੇ ਦੇਖ ਕੇ ਹੈਰਾਨ ਹੋ ਗਈ ਹੈ ਵੀ ਇਹ ਕਿਸੇ ਨੂੰ ਰੋਕ ਟੋਕ ਹੀ ਕੋਈ ਨਹੀਂ, ਸਾਰੇ ਦਰਵਾਜ਼ੇ ਖੁੱਲ੍ਹੇ ਹੈ, ਕੋਈ ਲੰਗਰ ਚਲਾ ਜਾਵੇ, ਕੋਈ ਮੱਥਾ ਟੇਕਣ ਚਲ ਜਾਵੇ, ਕਿਤੇ ਕੋਈ ਬਹਿ ਜਾਵੇ, ਕੋਈ ਰੋਕ ਟੋਕ ਹੀ ਕੋਈ ਨਹੀਂ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਅਸਥਾਨ ਸਭਨਾਂ ਨੂੰ ਸਾਂਝੀ ਬਾਲਤਾ ਦਾ ਉਪਦੇਸ਼ ਦਿੰਦਾ, ਜਿਹੜਾ ਅਸਥਾਨ ਸਭਨਾਂ ਨੂੰ ਬੁੱਕਲ ਵਿੱਚ ਲੈਂਦਾ, ਜਿਹੜਾ ਅਸਥਾਨ ਸਭਨਾਂ ਨੂੰ ਪਿਆਰ ਕਰਕੇ ਇੱਥੋਂ ਝੋਲੀਆਂ ਭਰ ਕੇ ਗੁਰੂ ਦੀਆਂ ਬਖਸ਼ਾਂ ਲੈ ਕੇ ਜਾਂਦਾ, ਉਸ ਅਸਥਾਨ ਦੇ ਸੰਬੰਧ ਵਿੱਚ ਉਹਨਾਂ ਦਾ ਸ਼ਬਦ ਬੋਲਣਾ ਮੈਂ ਸਮਝਦੀ ਹਾਂ। ਮੈਂ ਹੁਣ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ, ਪਰ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਅਸੀਂ ਬੋਲਣ ਲੱਗਿਆ ਕੀ ਬੋਲਣਾ। ਆਪ ਆਪਣੇ ਸਥਾਨ ਚਲਾਉਣ, ਕੋਈ ਸਥਾਨ ਮਹਾਂਪੁਰਖ ਚਲਾਵੇ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਹਰ ਕੋਈ ਚਲਾਵੇ, ਗੁਰਮਤਿ ਦਾ ਪ੍ਰਚਾਰ ਕਰੇ, ਸਾਡਾ ਕਿਸੇ ਨਾਲ ਨਾ ਵੈਰ ਹੈ ਨਾ ਵਿਰੋਧ ਹੈ, ਲੇਕਿਨ ਬਤੌਰ ਮੁੱਖ ਸੇਵਾਦਾਰ ਆਪਣੀ ਐਗਜੈਕਟਿਵ ਤਰਫੋਂ ਮੈਂ ਇਸ ਗੱਲ ਦੀ ਨਿੰਦਾ ਵੀ ਕਰਦੀ ਹਾਂ ਅਤੇ ਨਾਲ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਮਹਾਂਪੁਰਖੋ, ਜੇ ਲੋਕ ਤੁਹਾਨੂੰ ਕੋਈ ਪਿਆਰ ਕਰਨ ਵਾਲੀ ਸੰਗਤ ਹੈ ਤਾਂ ਕਮ ਸੋ ਕਮ ਤੁਸੀਂ ਇਹੋ ਜਿਹੇ ਸ਼ਬਦ ਨਾ ਬੋਲੋ ਜਿਹਦੀ ਕਿਸੇ ਦੀ। ਗੁਰੂ ਰਾਮਦਾਸ ਨੂੰ ਪਿਆਰ ਕਰਨ ਵਾਲੀ ਦੁਨੀਆ ਬਹੁਤ ਹੈ, ਇਸ ਕਰਕੇ ਉਹਨਾਂ ਨੂੰ ਪੀੜਾ ਨਾ ਦਿਓ। ਸੋ ਮੈਂ ਇਸ ਗੱਲ ਦੇ ਉੱਤੇ ਨਿੰਦਾ ਕਰਦੀ ਹੋਈ ਉਹਨਾਂ ਦੇ ਸੰਬੰਧ ਵਿੱਚ ਵੀ ਕਹਿਣਾ ਚਾਹੁੰਦੀ। ਇੱਕ ਸਾਡੇ ਮੁਲਾਜ਼ਮ ਜੀ ਕਰੋਨਾ ਸਮੇਂ ਦੇ ਵਿੱਚ ਬੜਾ ਕੰਮ ਵੀ ਸਾਰਿਆਂ ਨੇ ਬੜਾ ਕੀਤਾ, ਕਰੋਨਾ ਦਾ ਸਾਨੂੰ ਨੁਕਸਾਨ ਵੀ ਬੜਾ ਹੋਇਆ, ਕਰੋਨਾ ਦੇ ਵਿੱਚ ਸਾਡੀਆਂ ਆਮਦਨਾਂ 'ਚ ਵੀ ਬੜੀ ਘਾਟ ਆਈ, ਜਿਹਦੇ ਕਰਕੇ ਉਹਨਾਂ ਨੇ ਸਾਡੇ ਨਾਲ ਪੂਰਾ ਕੰਪਰੋਮਾਈਜ਼ ਕਰੀ ਰੱਖਿਆ ਕਿ ਜਦੋਂ ਅਸੀਂ ਕਿਹਾ ਕਿ ਸਾਡੇ ਕੋਲ
ਥੋੜ੍ਹੀ ਗੁੰਜਾਇਸ਼ ਘੱਟ ਹੈ, ਕੋਪਰੇਟ ਕਰੋ, ਸਹਿਯੋਗ ਦਿਓ। ਸਾਰੇ ਮੁਲਾਜ਼ਮਾਂ ਨੇ ਕਿਹਾ ਕਿ ਬਿਲਕੁਲ ਸਹੀ ਹੈ, ਜਿੱਦਣ ਤੁਹਾਡਾ ਕੋਈ ਥੋੜ੍ਹਾ ਬਹੁਤਾ ਮਨ ਬਣੇਗਾ ਤਾਂ ਸਾਡਾ ਜੇ ਕੋਈ ਵਾਧੇ ਕਰਨੇ ਹੋਣਗੇ ਕਰ ਦਿਓ। ਅੱਜ ਸਾਰੀ ਐਗਜੈਕਟਿਵ ਨੇ ਫੈਸਲਾ ਕੀਤਾ ਕਿ ਇੱਕ ਤਾਂ ਗੁਰੂ ਰਾਮਦਾਸ ਦੇ ਪ੍ਰਕਾਸ਼ ਉਤਸਵ ਨੂੰ ਸੰਬੰਧ ਦੇ ਖੁਸ਼ੀ ਅੰਦਰ, ਅਤੇ ਇੱਕ ਦੀਵਾਲੀ ਦਾ ਜਿਸ ਤਰ੍ਹਾਂ ਤਿਉਹਾਰ ਆ ਰਿਹਾ ਬੰਦੀ ਛੋੜ ਦਿਵਸ ਦੇ ਸੰਬੰਧ 'ਚ, ਉਸ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਅਤੇ ਗੁਰੂ ਰਾਮਦਾਸ ਦੀ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਖੁਸ਼ੀ ਦੇ ਨਾਲ ਅੱਜ ਇਹਨਾਂ ਨੂੰ 3% DA ਜਿਹੜਾ ਉਹ ਸਭ ਨੂੰ ਦਿੱਤਾ ਗਿਆ। A South Asian Canadian channel.